ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਹਿਮਦਪੁਰਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਤੁਹਾਨੂੰ 6 ਮੱਝਾਂ ਅਤੇ 1 ਗਾਂ ਤੁਹਾਨੂੰ ਦਿਖਾਵਾਂਗੇ। ਆਹ ਹੁਣ ਜਿਹੜੀ ਸ਼ੁਰੂਆਤ ਆਪਾਂ ਕਰਦੇ ਹਾਂ ਅਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ। ਅੱਜ ਛੋਟੀ ਮੱਝ ਤੋਂ ਲੈ ਕੇ ਵੱਡੀ ਮੱਝ, ਹਰ ਵਰਾਇਟੀ ਦੀ ਮੱਝ ਤੁਹਾਨੂੰ ਦਿਖਾਵਾਂਗੇ। ਆਹ ਦੇਖ ਸਕਦੇ, ਆਹ ਵੱਡੀਆਂ ਮੱਝਾਂ ਤੁਹਾਨੂੰ ਐਂਡ 'ਤੇ ਦਿਖਾਉਣੀਆਂ ਵਾ। ਮੱਝਾਂ ਸਾਰੀਆਂ ਵੱਡੀਆਂ ਵਾ, ਬਸ ਭਾਅ ਹੀ ਵੱਡੇ ਛੋਟੇ ਆ। ਆਹ ਹੁਣ ਗੱਲਬਾਤ ਵੀਰ ਜੀ ਉਹਨਾਂ ਨਾਲ ਕਰੀਏ ਅਤੇ ਪੁੱਛ ਲਈ ਇਹਨਾਂ ਬਾਰੇ ਸਾਰੀ ਡਿਟੇਲ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕੀ ਹਾਲ ਚਾਲ ਜੀ? ਜੀ ਸਭ ਠੀਕ ਹੈ, ਵਧੀਆ ਚੜ੍ਹਦੀ ਕਲਾ। ਚਲੋ ਵਧੀਆ ਚਾਹੀਦਾ। ਅਤੇ ਪਹਿਲਾਂ ਵੇਖ ਗਿਆ ਫਿਰ ਮਾਲ ਜਿਹੜੀ ਉਦੋਂ ਪਾਈ ਸੀ ਵੀਡੀਓ? ਹਾਂਜੀ ਵੇਖ ਗਿਆ। ਕਿੰਨਾ ਕੁ ਫੋਨ ਫਾਨ ਆਏ ਫਿਰ? ਫੋਨ ਬਹੁਤ ਆਏ। ਠੀਕ ਹੈ, ਤੋਂ ਬਾਅਦ 'ਚ ਵੀ ਫੋਨ ਤਰੇ ਆਉਂਦੇ ਰਹੇ। ਠੀਕ ਹੈ, ਅੱਜ ਫਿਰ ਰੌਣਕਾਂ ਹੀ ਲਾਈਆਂ ਫਿਰ। ਹਾਂਜੀ ਹਾਂਜੀ, ਠੀਕ ਹੈ। ਨਾਮ ਦੱਸ ਦੇ ਕਰੀ ਆਪਣਾ। ਨਾਮ ਆਪਣਾ ਜਸਕਰਨ ਸਿੰਘ। ਹਾਂਜੀ, ਪਿੰਡ ਮਹਿਮਦਪੁਰਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ। ਤੇ ਲੋਪੋ ਕੇ ਜਗਾਵੇਂ ਲੱਗ ਗਈ? ਲੱਗ ਗਈ ਲੋਪੋ ਕੇ ਜਗਾਵੇਂ ਪਿੰਡ। ਠੀਕ ਹੈ ਜੀ, ਫੋਨ ਨੰਬਰ ਇੱਕ ਕਰੀ ਬੋਲ ਦਿਓ ਜੀ। ਫੋਨ ਨੰਬਰ 99928। ਹਾਂਜੀ, 00635। ਠੀਕ ਹੈ ਜੀ। ਹਾਂ ਵੀਰ ਜੀ, ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਬੰਨੀ। ਹਾਂਜੀ ਵੀਰ ਜੀ, ਇਹ ਦੂਜਾ ਸੂਆ ਝੋਟੀ ਹੈ। ਬੋਡੀ ਵੇਟ ਵੀ ਚੰਗਾ ਇਹਦਾ, ਹੈ ਨਾ? ਪਲੀ ਪਲੀ ਚੰਗੀ ਝੋਟੀ। ਹਾਂਜੀ, ਦੂਸਰੀ 5-4 ਲੈ ਜੂਗੀ। ਅੱਛਾ, 5-4 ਦਿਨ ਖੜਦੀ ਆ ਹਜੇ? ਠੀਕ ਹੈ। ਹਾਂਜੀ, ਪਹਿਲੇ ਸੂਏ ਦੁੱਧ ਝੋਟੀ 10 ਕਿਲੋ ਦਿੰਦੀ ਰਹੀ ਹੈ। ਅੱਛਾ ਜੀ, ਹੁਣ ਦੂਸਰਾ ਸੂਆ ਸੁਣਾ ਇਹਨੂੰ। ਦੂਸਰਾ ਸੂਆ ਸੁਣਾ। ਠੀਕ ਹੈ, ਕਿੰਨਾ ਕੁ ਚਵਾਓ ਦੂਸਰੇ ਸੂਏ? ਦੂਸਰੇ ਸੂਏ ਵੀ ਦੀ ਦੁੱਧ ਝੋਟੀ 11-12 ਕਿਲੋ, ਪਤਲੀ ਚਮੜੀ, ਬਿਲਕੁਲ ਪਲੀ ਪਲੀ ਚੰਗੀ ਆ। ਹਾਂਜੀ, ਕੋਈ ਕਮੀ ਪੇਸ਼ੀ ਝੋਟੀ 'ਚ ਕੋਈ ਨਹੀਂ ਹੈਗੀ। ਠੀਕ ਹੈ ਜੀ। ਤੇ ਕਿੰਨੇ ਦੀ ਦੇ? ਚੱਡਾ ਚੁੱਡਾ ਵੀ ਚੰਗਾ ਬਣਾਉਗੀ, ਸਾਰਾ ਪਛਾਣ ਕੱਢੂਗੀ। ਹਾਂਜੀ ਹਾਂਜੀ, ਆਹ ਦੇਖ ਸਕਦੇ। ਤੇ ਕੀ ਫਿਰ ਮੁੱਲ ਰੱਖਿਆ ਜੀ ਦਾ? ਮੁੱਲ ਵੀ ਦੀ ਝੋਟੀ ਦਾ ਜਾਇਜ਼ ਹੀ ਆ, ਮੁੱਲ ਬਿਲਕੁਲ ਝੋਟੀ ਦੇ ਹਿਸਾਬ ਨਾਲ ਮੁੱਲ ਤੇ 60,000 ਰੁਪਇਆ, ਬਾਕੀ ਮਾਨ ਤਨ ਕਰਨਾ। 55,000 ਦੀ ਝੋਟੀ ਦੇ ਦਾਂਗੇ। ਅੱਛਾ, 55,000 ਦੀ ਦੇ ਦੋਗੇ? ਉਹ ਚ ਵੀ ਜੂਗਾ ਮਾਨ ਤਨ? ਚਲੋ ਉਹ ਤੇ ਛੋਟ ਛਾ ਜੀ, ਬਾਕੀ 5,000 ਮਾਨ ਕਰਦਾ। 60,000? ਅੱਛਾ, 60,000 ਚ 5,000 ਮਾਨ ਕਰਦਾ। ਲੈ ਖੋਲਦਾ ਫਿਰ ਤੋਰੀਏ ਜੀ ਇੱਕ ਰੀਨ। ਹਾਂ ਦੇਖ ਸਕਦੇ ਜੀ, 55,000 ਦੀ ਵੀਰ ਜੀ ਨੇ ਕਹਿੰਦੇ ਕਿ ਝੋਟੀ ਦੇ ਦੇਵਾਂਗੇ। ਬੋਡੀ ਵੇਟ ਜਿਹੜਾ ਝੋਟੀ ਦਾ ਚੰਗਾ, ਤੋਰ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਹਾਂ ਦੇਖ ਸਕਦੇ ਜੀ, ਚੰਗੀ ਰਾਜੀ ਝੋਟੀ ਆ, ਪਲੀ ਆ ਪੂਰੀ। ਉੱਧਰ ਇੱਕ ਵਾਰੀ ਤੁਹਾਨੂੰ ਜਦੋਂ ਲਿਆਵਾਂਗੇ ਚੰਗੀ ਤਰ੍ਹਾਂ ਹਵਾਨਾ ਇਹਦਾ ਦਿਖਾਵਾਂਗੇ। ਠੀਕ ਹੈ ਵੀਰ ਜੀ, ਲੈ ਜਾਓ ਜੀ। ਹਾਂ ਦੇਖ ਸਕਦੇ ਜੀ, ਬੋਡੀ ਵੇਟ ਬੜਾ ਪਿਆਰਾ ਇਹਦਾ, ਹਵਾਨਾ ਵੀ ਥੱਲਿਓ ਤੁਹਾਨੂੰ ਦਿਖਾ ਦਈਏ। 55,000 ਚ ਵੀ ਮਾਨ ਤਨ ਮੌਕੇ ਤੇ ਥੋੜ੍ਹਾ ਬਹੁਤਾ ਹੋ ਹੀ ਜਾਊਗਾ, ਅਜੇ ਹਫ਼ਤੇ ਦੇ ਕਰੀਬ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਟਾਈਮ ਜਿਹੜਾ ਇਹ ਲੈ ਜਾਊਗੀ। ਹਾਂ ਦੇਖ ਸਕਦੇ ਜੀ, ਥਾਨ ਵੀ ਤੁਹਾਨੂੰ ਇੱਕ ਵਾਰੀ ਲਾਗੇ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਉੱਧਰੋਂ ਵੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ। ਹਾਂ ਦੇਖ ਸਕਦੇ, ਪਿੱਛੇ ਹਵਾਨਾ ਜਿਹੜਾ ਬੜਾ ਖੂਬਸੂਰਤ ਹੈ। ਹਾਂ ਦੇਖ ਸਕਦੇ, ਥਣਾਂ ਦਾ ਸਾਈਜ਼ ਆਪਾਂ ਦੇਖ ਸਕਦੇ ਹਾਂ। ਇੱਧਰੋਂ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੇ ਪਾਸੇ ਦੇ ਥਣ ਦਿਖਾ ਦਈਏ। ਠੀਕ ਹੈ ਜੀ। ਆਹ ਹੁਣ ਤੁਹਾਨੂੰ ਦੂਸਰੇ ਨੰਬਰ 'ਤੇ ਇੱਕ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਹੁਣ, ਇਹਦਾ ਵੀ ਬੋਡੀ ਵੇਟ ਜਿਹੜਾ ਠੀਕ ਹੈ। ਹਾਂਜੀ ਵੀਰ ਜੀ, ਦੱਸੀਏ ਜੀ ਇਹਦੇ ਬਾਰੇ ਵੀ। ਇਹ ਵੀ ਵੀਰ ਜੀ ਦੂਜਾ ਸੂਆ ਝੋਟੀ ਹੈ, ਦੂਸਰਾ ਸੂਆ। ਹਾਂਜੀ, ਦਿਨ ਲੈ ਜੇ, 2 ਲੈ ਜੇ, 3 ਲੈ ਜੇ, ਤਿਆਰ ਆ ਝੋਟੀ ਬਿਲਕੁਲ। ਠੀਕ ਹੈ ਜੀ, ਅਜੇ 2-4 ਦਿਨ, ਮਤਲਬ 2 ਕੁ ਦਿਨ ਲੈ ਜੂ, ਦਿਹਾੜੀ 2 ਦਿਨ ਲੈ ਜੂਗੀ, ਤਿਆਰ ਹੈ ਝੋਟੀ। ਅੱਛਾ ਜੀ। ਤੇ ਕਿੰਨਾ ਕੁ ਦੁੱਧ ਚਵਾ ਦੂਗੀ? ਦੁੱਧ ਝੋਟੀ 11-12 ਕਿਲੋ ਦੇ ਦੂਗੀ। 11-12 ਲੀਟਰ ਚਵਾ ਦੂਗੀ? ਤੇ ਸੂਆ ਕਿੰਨਾ ਸੋਹਣਾ ਇਹਨੇ? ਸੂਆ ਦੂਜਾ ਸੂਆ ਸੋਹਣਾ, ਦੂਸਰਾ ਸੂਆ ਸੋਹਣਾ। ਤੇ ਇਹਦਾ ਕੀ ਮੁੱਲ ਰੱਖਿਆ ਫਿਰ? ਇਹਦਾ ਵੀ ਵੀਰ ਜੀ ਮੁੱਲ 60,000 ਰੁਪਇਆ, ਇਹ ਵੀ ਝੋਟੀ ਦੇ ਦਾਂਗੇ 55,000। ਅੱਛਾ, ਇਹ ਵੀ 55,000 ਦੀ ਦੇ ਦੋਗੇ? 55,000। ਠੀਕ ਹੈ ਜੀ, ਥਾਣੇ ਦੇ ਵੀ ਇੱਕ ਵਾਰੀ ਤੁਹਾਨੂੰ ਲੱਗ ਰਿਹਾ ਦਿਖਾ ਦਈਏ। ਠੀਕ ਹੈ ਜੀ, ਲਿਆ ਖੋਲੋ ਜੀ, ਇਹਨਾਂ ਵੀ ਤੋਰੀਏ ਇੱਕ ਵਾਰੀ। ਆ ਵੀ ਜਿਹੜੀ ਝੋਟੀ ਵੀਰ ਜੀ ਨੇ ਕਹਿੰਦੇ ਕਿ ਦੂਸਰਾ ਸੂਆ ਜਿਹੜਾ ਇਹਨੇ ਸੋਹਣਾ, ਤੇ ਇਹ ਵੀ ਜਿਹੜੀ ਆਪਾਂ 55,000 ਦੀ ਦੇ ਦੇਵਾਂਗੇ। 2-4 ਦਿਨ ਹੀ ਜਿਹੜੇ ਸੋਨ 'ਚ ਖੜਦੀ। ਠੀਕ ਹੈ, ਲੈ ਜਿਓ ਜੀ। ਦੁੱਧ 11-12 ਲੀਟਰ ਜਿਹੜਾ ਇਹਦਾ ਦੱਸਦੇ ਆ, ਨੀਲੀ ਦੀ ਆ ਜਿਹੜੀ ਹੈ। ਹਵਾਨਾ ਇੱਕ ਵਾਰੀ ਤੁਹਾਨੂੰ ਥੱਲੇ ਲੱਗ ਕੇ ਤਾਂ ਦਿਖਾ ਲਈ। ਆ ਦੇਖ ਸਕਦੇ, ਇਹ ਵੀ ਹਵਾਨਾ ਜਿਹੜਾ ਸੋਹਣਾ ਭਰ ਲਊਗੀ ਸੋਨ ਤੱਕਰ। ਬਾਕੀ ਥਣਾਂ ਦਾ ਗੈਪ ਜਿਹੜਾ ਉਹ ਵੀ ਚੰਗਾ। ਆ ਹੁਣ ਤੁਹਾਨੂੰ ਤੀਸਰੇ ਨੰਬਰ 'ਤੇ ਕੱਦ ਕਾਫੀ ਉੱਚਾ ਵਾ ਜਿਹੜਾ ਇਹਦਾ, ਆ ਵੀ ਤੁਹਾਨੂੰ ਦਿਖਾਈਏ ਥਾਣੇ ਦੇ ਇੱਕ ਵਾਰੀ ਤੁਹਾਨੂੰ ਲੱਗ ਕੇ ਤਾਂ ਦਿਖਾ ਦਈਏ। ਆ ਦੇਖ ਸਕਦੇ, ਥਣਾਂ ਦਾ ਸਾਈਜ਼ ਚੰਗਾ ਹੈ ਅਤੇ ਮਿਲਕ ਮੇਨ ਵੀ ਜਿਹੜੀ ਚੰਗੀ ਲੱਗੀ, ਵੱਡੀ ਮੱਝ ਆ ਜਿਹੜੀ ਆ ਵੀ। ਹਾਂਜੀ ਵੀਰ ਜੀ, ਇਹਦੇ ਬਾਰੇ ਵੀ ਦੱਸੀਏ ਜੀ।
ਜੀ ਮੱਝ ਤੇ ਬਹੁਤ ਵੱਡੀ ਆ ਮੱਝ 15 16 ਕਿਲੋ ਵਾਲੀ ਆ ਅੱਛਾ ਜੀ ਇਹ ਜਿਨ੍ਹਾਂ ਦੇ ਘਰੋਂ ਆਈ ਆ ਥੋੜੀ ਜਿਹੀ ਸਾਂਭੀ ਨਹੀਂ ਮੱਝ ਉਹਨਾਂ ਅੱਛਾ ਜੀ ਹਾਂਜੀ ਮੱਝ ਸਾਂਭਣ ਵਾਲੀ ਆ ਠੀਕ ਕੋ ਕੱਲ ਹੀ ਮੱਝ ਆਈ ਆ ਹੁਣ ਮੈਂ ਥੱਲੇ ਇਸ ਟਾਈਮ ਦੁੱਧ ਹੋਊਗਾ 11 ਕਿਲੋ 11 ਲੀਟਰ ਹਾਂਜੀ ਦੋ ਚਾਰਾਂ ਸਾਂਭੀ ਗਈ ਮੈਂ ਦੁੱਧ 15 16 ਕਿਲੋ ਕਰ ਜੂਗੀ 15 16 ਲੀਟਰ ਚਾਹ ਬਹੁਤ ਵੱਡੀ ਆ ਤੇ ਕਿੰਨਾ ਚਿਰ ਹੋ ਗਿਆ ਇਹ ਸੂਈ ਨੂੰ ਇਹ ਵੀ ਸੂਈ ਨੂੰ ਹੋ ਗਏ ਜੇ 20 ਦਿਨ ਹੋ ਗਏ ਜੀ ਸੂਈ ਅੱਛਾ 20 ਦਿਨ ਹੋ ਗਏ ਬੱਚਾ ਜਿਹੜਾ ਆ ਵਾ ਮਗਰ ਕੱਟੀ ਆ ਗਈ ਹੈ ਹੁਣ ਜਿਹੜਾ ਮੌਕੇ ਤੇ ਮੌਜੂਦ 11 ਲੀਟਰ 11 ਲੀਟਰ ਦੁੱਧ ਜੇ ਹੈ ਅੱਛਾ ਜੀ ਹਾਂਜੀ ਦੁੱਧ ਮੈਂ ਸਾਂਭੀ ਗਈ ਦੁੱਧ ਮੈਂ 15 16 ਕਿਲੋ ਮਾਣਾ ਚਵਾ ਦੂਗੀ ਅੱਛਾ ਜੀ ਮੈਂ ਬਹੁਤ ਵੱਡੀ ਆ ਠੀਕ ਹੈ ਤੇ ਚਵਾਈ ਦਾ ਟਾਈਮ ਆਪਣਾ ਕਿੰਨੇ ਕੁ ਵਜੇ ਦਾ ਜੀ ਸਵੇਰੇ ਆਪਾਂ 6 ਤੋਂ 6 ਆਪਾਂ ਚਵਾਈ ਕਰਦੇ ਆ ਸਵੇਰੀ 6 ਵਜੇ ਦੀ ਚਵਾਈ ਜੇ ਅੱਛਾ ਜੀ ਤੇ ਹੁਣ ਟਾਈਮ ਤੁਹਾਡੇ ਸਾਹਮਣੇ ਅਜੇ ਤਕਰੀਬਨ ਕੋਈ ਹੋਇਆ ਹੋਊਗਾ ਟਾਈਮ ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਮਿੰਟ ਹੋਏ ਜੀ ਦੇਖ ਸਕਦੇ 10:43 ਜਿਹੜੇ ਦੇਖ ਸਕਦੇ 10:43 ਜਿਹੜੇ ਹੁਣ ਹੋਏ ਆ ਕੋਈ ਵੀ ਵੀਰ ਉਸ ਹਿਸਾਬ ਨਾਲ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਲਿਆ ਖੋਲੋ ਜੀ ਤੋਰੀਏ ਇਹਨਾਂ ਵੀ ਇੱਕ ਵਾਰੀ ਸੂਆ ਕਿੰਨਵਾ ਵੀਰ ਜੀ ਇਹਦਾ ਸੂਆ ਵੀਰ ਜੀ ਤੀਜਾ ਸੂਆ ਮੈਂ ਜੀ ਤੀਸਰਾ ਸੂਆ ਜੀ ਬਾਕੀ ਟਾਈਮ ਤੇ ਬਹੁਤ ਮੈਂ ਚੱਡਾ ਬਹੁਤ ਸੋਹਣਾ ਬਣਾਉਂਦੀ ਆ ਅੱਛਾ ਜੀ ਚਲੋ ਅਜੇ ਮੈਂ ਤਾਂ ਕਿਹਾ ਸ਼ਾਮਨ ਵੀਡੀਓ ਬਣਾਵਾਂਗੇ ਪਰ ਤੁਸੀਂ ਚਲੋ ਆਗੇ ਪਹਿਲਾਂ ਲੱਗ ਗਏ ਆਏ ਚਲੋ ਲੱਗ ਗਏ ਆਏ ਫਿਰ ਸ਼ਾਮਨ ਨੂੰ ਆਇਆ ਨਹੀਂ ਜਾਣਾ ਤੇ ਹੁਣ ਵੇਖ ਕੇ ਜਿਹੜਾ ਵਰਦੀ ਚਵਾਈ ਕਰੇ ਸ਼ਾਮਨ ਨੂੰ ਵੇਖੇ ਬਹੁਤ ਚੱਡਾ ਸੋਹਣਾ ਭਰਦੀ ਆ ਠੀਕ ਹੈ ਜੀ ਵੀਰ ਜੀ ਨੇ ਕਹਿੰਦੇ ਕਿ ਸ਼ਾਮ ਤੱਕ ਹਵਾਨਾ ਜਿਹੜਾ ਸੋਹਣਾ ਭਰਦੀ ਹੈ ਤੀਸਰਾ ਸੂਆ ਢਾਂਚਾ ਜਿਹੜਾ ਬੜਾ ਤਗੜਾ ਇਹਦਾ ਇਹਦਾ ਜਿਹੜਾ ਮੁੱਲ ਆਪਾਂ ਪੁੱਛਾਂਗੇ ਵੀਰ ਜੀ ਨਾਲ ਤਾਂ ਸਾਂਭੀ ਕਿਸੇ ਨੇ ਘੱਟ ਠੀਕ ਹੈ ਵੀਰ ਜੀ ਲੈ ਜਾਓ ਜੀ ਬਾਕੀ ਕੋਈ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਦੁੱਧ ਜਿਹੜਾ ਹੁਣ ਮੌਜੂਦ ਮੌਕੇ 'ਤੇ 11 ਲੀਟਰ ਹੈ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ 'ਚ ਸਾਰੀਆਂ ਜਿਸ ਤਰ੍ਹਾਂ ਕਿ ਵੀਰ ਜੀ ਹੁਣ ਦੱਸਿਆ ਕਿ ਸਾਂਭੀ ਕਿਸੇ ਵੀਰ ਨੇ ਘੱਟ ਆ ਕੋਈ ਸਾਂਭ ਵਾਲਾ ਵੀਰ ਲੈ ਜੂਗਾ ਅਤੇ ਦੁੱਧ ਜਿਹੜਾ ਚੰਗਾ ਚਵਾ ਦੂਗੀ ਅਤੇ ਮਗਰ ਵੀ ਇਹਦੇ ਕੱਟੀ ਆ ਅਤੇ ਸ਼ਾਮ ਤੱਕ ਹਵਾਨਾ ਜਿਹੜਾ ਭਰੂਗੀ ਚੰਗਾ ਮੁੱਲ ਫਿਰ ਵੀਰ ਜੀ ਦੱਸੀਏ ਇਹਦਾ ਵੀ ਮੁੱਲ ਵੀਰ ਜੀ ਜੇ ਮੈਂ ਸਾਂਭੀ ਜਾਵੇ ਫਿਰ ਤਾਂ ਮੈਂ 70-80 ਹਜ਼ਾਰ ਦੀ ਮੈਂ ਹਾਂਜੀ ਹੁਣ ਮੈਂ ਆਪਾਂ ਮਾਨਤਨ ਕਰਕੇ ਦੇ ਦਾਂਗੇ ਬਿਲਕੁਲ ਕਿੰਨੇ ਦੀ ਹੁਣ ਮੈਂ ਦੇ ਦਾਂਗੇ ਆਪਾਂ 56 ਹਜ਼ਾਰ ਦੀ ਮੈਂ 56 ਹਜ਼ਾਰ ਦੀ ਮਾਨਤਨ ਹੋ ਜੂਗਾ ਮੌਕੇ 'ਤੇ ਚਲੋ ਮਾਨਤਨ ਸ਼ੋਰ ਸ਼ਰਾਬਾ ਹੋ ਜੂਗਾ ਠੀਕ ਹੈ ਜੀ ਆ ਦੇਖ ਸਕਦੇ ਥਾਣੇ 'ਤੇ ਤੁਹਾਨੂੰ ਇੱਕ ਵਾਰੀ ਲੱਗ ਗਏ ਤਾਂ ਫਿਰ ਤਾਂ ਦਿਖਾ ਦਈਏ ਜੀ ਬਾਕੀ ਮੱਝ ਵੱਡੀ ਆ ਢਾਂਚਾ ਕਾਫੀ ਤਕੜਾ ਇਹਦਾ ਆ ਹੁਣ ਤੁਹਾਨੂੰ ਚੌਥੇ ਨੰਬਰ 'ਤੇ ਇੱਕ ਹੋਰ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਹੈ ਪਿੱਠ ਪੁੜੇ ਦੀ ਇਹ ਵੀ ਚੰਗੀ ਹੈ ਆ ਦੇਖ ਸਕਦੇ ਜੀ ਪਿੱਛੇ ਵੀ ਕਾਫੀ ਚੜਾਈ 'ਚ ਆ ਹਾਂਜੀ ਵੀਰ ਜੀ ਦੱਸੀਏ ਜੀ ਇਹਦੇ ਬਾਰੇ ਵੀਰ ਜੀ ਇਹ ਦੂਜਾ ਸੂਆ ਝੋਟੀ ਜੇ ਹਾਂਜੀ ਕੱਲ੍ਹ ਦੀ ਝੋਟੀ ਸੂਈ ਜੇ ਮਗਰ ਕੱਟੀ ਜੀ ਉਹ ਵੀ ਪਿਓਰ ਨੀਲੀ ਜੀ ਅੱਛਾ ਜੀ ਹਾਂਜੀ ਤੇ ਸੂਈ ਨੂੰ ਕਿੰਨਾ ਕਿੰਨਵਾਂ ਸੂਆ ਦੂਸਰਾ ਸੂਆ ਸੂਈ ਹੈ ਨਾ ਬੋਲਾ ਕਿੰਨਾ ਕੁ ਜੇ ਦੇ ਕੋਲ ਬੋਲਾ ਝੋਟੀ ਥੱਲੇ ਜੀ 8 ਕਿਲੋ ਬੋਲਾ ਹੋਊਗਾ ਜੀ 8 ਕਿ ਕਿਲੋ ਵਾ ਅਜੇ ਤਾਂ ਖਾਲੀ ਵੀ ਨਹੀਂ ਕੀਤੀ ਹੈ ਕੋਈ ਦੋ ਟਾਈਮ ਚਵਾਈ ਹੋਈ ਜੇ ਕੱਲ ਦੁਪਹਿਰ ਦੀ ਸੂਈ ਕੱਲ ਸ਼ਾਮਾਂ ਨੂੰ ਇੱਕ ਅੱਜ ਸਵੇਰੇ ਹੋਈ ਚਵਾਈ ਠੀਕ ਹੈ ਹਾਂਜੀ ਅੱਜ ਦੋ ਚਵਾਈਆਂ ਹੀ ਹੋਈਆਂ ਹਜੇ ਚਵਾ ਚੂ 11 12 ਕਿਲੋ ਚਵਾ ਦੂਗੀ 11 12 ਲੀਟਰ ਚਵਾ ਦੂਗੀ ਹਾਂਜੀ ਹਾਂਜੀ ਪਿਓਰ ਨੀਲੀ ਝੋਟੀ ਆ ਠੀਕ ਹੈ ਤੇ ਬੱਚਾ ਕੀ ਆ ਗਿਆ ਜੀ ਮਗਰ ਬੱਚਾ ਮਗਰ ਕੱਟੀ ਜੀ ਉਹ ਵੀ ਪਿਓਰ ਨੀਲੀ ਜੀ ਕਿਹੜੀ ਕੱਟੀ ਜੀ ਇਹਦੀ ਐ ਕੱਟੀ ਜੀ ਅੱਛਾ ਆ ਕੱਟੀ ਜੀ ਮਗਰ ਤੁਹਾਡੇ ਸਾਦੇ ਜੀ ਨਾੜੋ ਜਿਹੜਾ ਬਿਲਕੁਲ ਗਿੱਲਾ ਹੀ ਆ ਨਾਲ ਆ ਦੇਖ ਸਕਦੇ ਆਪਾਂ ਅਤੇ ਆਹ ਕੱਟੀ ਜੀ ਠੀਕ ਹੈ ਬੈਣੀ ਵਾਲੇ ਪਾਸੇ ਦੇ ਆਪਾਂ ਥਣ ਜਿਹੜੇ ਦੇਖ ਸਕਦੇ ਹਾਂ ਸੋਹਣਾ ਥਣ ਲੱਗਾ ਬੈਣੀ ਵਾਲੇ ਪਾਸੇ ਦਾ ਬਾਕੀ ਆਹ ਦੇਖ ਸਕਦੇ ਫੇਸ ਬੜਾ ਵਧੀਆ ਅਤੇ ਸਿੰਘ ਵੀ ਬਿਲਕੁਲ ਛੋਟਾ ਸਿੰਘ ਆ ਤੋਰੀਏ ਵੀਰ ਜੀ ਇੱਕ ਵਾਰੀ ਨਾ ਫਿਰ ਜਿਹੜਾ ਇਹਦਾ ਵੀ ਮੁੱਲ ਆਪਾਂ ਪੁੱਛਾਂਗੇ ਹਵਾਨਾ ਵੀ ਪਿੱਛੇ ਜੇ ਦੇਖ ਸਕਦੇ ਜੀ ਸੋਹਣੀ ਝੋਟੀ ਆ ਜਿਹੜੀ ਆ ਵੀ ਫੇਸ ਚੰਗਾ ਇਸ 'ਤੇ ਤਾਂ ਕੱਟ ਵੀ ਜਿਹੜਾ ਬੜਾ ਪਿਆਰਾ ਜਿਹਾ ਹਾਂਜੀ ਠੀਕ ਹੈ ਜੀ ਹਾਂ ਦੇਖ ਸਕਦੇ ਹਵਾਨਾ ਜਿਹੜਾ ਇਹਦੇ ਕੋਲ ਵੀ 12-13 ਲੀਟਰ ਦੇ ਕਰੀਬ ਦੁੱਧ ਜਿਹੜਾ ਵੀਰ ਜੀ ਨੇ ਗਿੰਦਗੀ ਚਵਾ ਦੋਗੀ ਬਾਕੀ ਜਿਹੜਾ ਟਾਈਮ ਅਸੀਂ ਤੁਹਾਨੂੰ ਦਿਖਾਇਆ ਵਾ ਨੇ ਤਕਰੀਬਨ ਜਿਹੜਾ 12:45 ਦਾ ਜਿਹੜਾ ਟਾਈਮ ਹੋਇਆ ਕੋਈ ਵੀ ਵੀਰ ਉਸ ਹਿਸਾਬ ਨਾਲ ਹਵਾਨੇ ਦਾ ਅੰਦਾਜ਼ਾ ਲਾਵੇ ਦੇਖ ਸਕਦੇ ਪਿੱਠ ਪੁੜੇ ਤੋਂ ਕਰੀ ਦੂਸਰੇ ਪਾਸੇ ਦੇ ਵੀ ਥਣ ਤੁਹਾਨੂੰ ਦਿਖਾ ਦਈਏ ਹਾਂ ਦੇਖ ਸਕਦੇ ਇੱਧਰਲੇ ਪਾਸੇ ਇਹਦਾ ਥਾਣ ਇੱਕ ਜਿਹੜਾ ਵੱਧ ਲੱਗਾ ਇਹਦੇ ਬਾਰੇ ਵੀ ਆਪਾਂ ਵੀਰ ਤੋਂ ਪੁੱਛਾਂਗੇ ਹਾਂਜੀ ਵੀਰ ਜੀ ਜਿਹੜਾ ਥਾਣ ਇੱਕ ਨਾਲੇ ਵਿੱਚ ਵੱਧ ਲੱਗਾ ਉਹਦੇ ਬਾਰੇ ਆਪ ਕੀ ਕਹੋਗੇ ਫਿਰ ਉਹਦੇ ਵਿੱਚ ਕੁਛ ਨਹੀਂ ਦੁੱਧ ਨਹੀਂ ਚੰਦਾ ਨਾ ਪਸੰਦਾ ਜੀ ਇੱਕ ਦੋ ਧਾਰਾਂ ਮਾਮੂਲੀ ਜਿਹੀਆਂ ਹੋਈਆਂ ਜੇ ਆਪਾਂ ਦੋ ਦਿਨ ਨਾ ਚੋਵਾਂਗੇ ਤੇ ਉਹ ਵੀ ਬਿਲਕੁਲ ਬੰਦ ਹੋ ਜੂਗਾ ਅੱਛਾ ਸੁੱਕ ਜੂਗਾ ਇਸ ਤਰ੍ਹਾਂ ਸੁੱਕ ਜੂਗਾ ਥਾਣਾ ਅੱਛਾ ਤੁਸੀਂ ਕੱਢੀਆਂ ਧਾਰਾਂ ਉੱਚੋ ਕਿ ਨਹੀਂ ਮੈਂ ਉੱਚੋ ਕੋਈ ਵੀ ਨਹੀਂ ਧਾਰ ਕੱਢ ਕੇ ਵੇਖੀ ਅੱਛਾ ਜੇ ਕੱਢ ਕੇ ਨਹੀਂ ਵੇਖੀ ਉਂਝ ਦੁੱਧ ਆਊਗਾ ਉਹਦੇ ਚ ਹੁਣ ਨਾ ਇੱਕ ਦੋ ਧਾਰਾਂ ਦੋ ਚਾਰ ਆ ਸਕਦੀਆਂ ਨੇ ਅੱਛਾ ਜੀ ਜੇ ਕੱਢਦੇ ਜੇ ਨਾ ਕੱਢੀਏ ਦੋ ਚਾਰ ਦਿਨ ਦੇ ਬਿਲਕੁਲ ਥਾਂ ਸੁੱਕ ਜੂਗੀ ਠੀਕ ਹੈ ਬਾਕੀ ਕੋਈ ਵੀ ਰਾਣ ਕੇ ਆਪਣੇ ਚੈੱਕ ਕਰਕੇ ਖੜੇ ਹਨਾ ਤਸੱਲੀ ਕਰਕੇ ਖੜੇ ਠੀਕ ਹੈ ਜਿਹੜੀ ਚੀਜ਼ ਆ ਸਾਹਮਣੇ ਤੁਹਾਨੂੰ ਦਿਖਾਤੀ ਆ ਬਾਕੀ ਜਿਹੜਾ ਕੋਈ ਵੀਰ ਨੇ ਆਪਣੀ ਸਮਝ ਦੇ ਨਾਲ ਲੈਣੀ ਆ ਆ ਹੁਣ ਜਿਹੜੀ ਤੁਹਾਨੂੰ ਪੰਜਵੇਂ ਰੇਟ ਸੱਚੇ ਦਾ ਆਪਾਂ ਦੱਸੀਏ ਰੇਟ ਵੀਰ ਜੀ ਇਹਦਾ ਕੀ ਕਰਨਾ ਫਿਰ ਮੁੱਲ ਵੀਰ ਜੀ ਦਾ 65,000 ਰੁਪਇਆ ਜੀ ਹਾਂਜੀ ਹਾਂ 62,000 ਦੀ ਝੋਟੀ ਦੇ ਦਾਂਗੇ 62,000 ਦੀ ਹਾਂਜੀ 60 ਦੀ ਕਰਦੇ ਪੂਰੀ ਫਿਰ ਚਲੋ ਕੋਈ ਨਹੀਂ ਕਰ ਲਾਂਗੇ ਕਰਦੇ ਆ ਫਿਰ ਪੂਰੀ ਕਰਦੇ ਹੋ ਇਹਦਾ ਵੀ 5,000 ਮਾਨਤਾ ਨਾ ਠੀਕ ਹੈ ਜੀ ਠੀਕ ਆ ਦੇਖ ਸਕਦੇ ਜੀ ਹੁਣ ਤੁਹਾਨੂੰ ਇੱਕ ਆ ਵੱਡੀ ਮੱਝ ਦਿਖਾਉਣੀ ਆ
ਕੰਧ ਜਿਹੜਾ ਇਹਦਾ ਕਾਫੀ ਉੱਚਾ ਹੁਣ ਦੋ ਐਂਡ ਤੇ ਜਿਹੜੀਆਂ ਦੋਵੇਂ ਮੱਝਾਂ ਰਹਿ ਗਈਆਂ ਦੋਵੇਂ ਵੱਡੀਆਂ ਮੱਝਾਂ ਇਹ ਵਿਖਾਉਣ ਤੋਂ ਬਾਅਦ ਫਿਰ ਤੁਹਾਨੂੰ ਗਾਂ ਵਿਖਾਵਾਂਗੇ ਆਹ ਦੇਖ ਸਕਦੇ ਜੀ ਕਾਫੀ ਉੱਚਾ ਕੱਦ ਆ ਤੇ ਬੋਡੀ ਵੇਟ ਜਿਹੜਾ ਬੜਾ ਪਿਆਰਾ ਹੈ ਹਾਂ ਤੁਹਾਨੂੰ ਲੱਗ ਰਿਹਾ ਦਿਖਾਈਏ ਇੱਕ ਵਾਰੀ ਆਹ ਦੇਖ ਸਕਦੇ ਹਵਾਨ ਦੇ ਉੱਤੇ ਆਪਾਂ ਨਾੜਾਂ ਵੀ ਕਾਫੀ ਦੇਖ ਸਕਦੇ ਸੋਹਣੀਆਂ ਥਣਾਂ ਦਾ ਸਾਈਜ਼ ਵੀ ਬੜਾ ਪਿਆਰਾ ਹੈ ਬਾਕੀ ਹਾਲੇ ਸਵੇਰ ਦਾ ਟਾਈਮ ਹੈ ਅਤੇ ਹਵਾਨਿਆਂ ਦਾ ਅੰਦਾਜ਼ਾ ਜਿਹੜਾ ਉਸ ਹਿਸਾਬ ਨਾਲ ਆਇਆ ਹਾਂਜੀ ਵੀਰ ਜੀ ਦੱਸੀਏ ਜੀ ਇਹਦੇ ਬਾਰੇ ਵੀ ਜੀ ਇਹਨੂੰ ਮੈਂ ਇਹਨੂੰ ਸੂਈ ਨੂੰ 3 ਦਿਨ ਹੋਏ ਜੀ ਅੱਜ ਅੱਛਾ 3 ਦਿਨ ਹੋਏ ਆ ਹੁਣ ਮੈਂ ਥੱਲੇ ਬੋਲਾ ਕੋਈ 12 ਕਿਲੋ ਹੋਊਗਾ ਜੀ ਅੱਛਾ 12 ਲੀਟਰ ਬੋਲਾ ਤਿਆਰ ਹੈ 3 ਦਿਨਾਂ ਦੀ ਸੂਈ ਲੀਟਰ ਵਾਲਾ ਹੋਊਗਾ 12 ਕਿਲੋ ਕੋਈ 2 ਟਾਈਮ ਚੋਲੇ 3 ਟਾਈਮ ਚੋਗੇ ਆਪਣੀ ਤਸੱਲੀ ਕਰੇ ਠੀਕ ਹੈ ਹਾਂਜੀ ਦੁੱਧ ਮੈਂ 16 15 16 15 16 ਕਿਲੋ ਦੁੱਧ ਇਹਨਾਂ ਦੇ ਦੂਗੀ ਮੈਂ ਇੰਨਾ ਕਰ ਜੋ ਦੁੱਧ 5-7 ਦਿਨਾਂ ਕਿੰਨਾ ਦੁੱਧ ਚਵਾ ਜੂਗੀ ਮੈਂ ਠੀਕ ਹੈ 5-7 ਦਿਨਾਂ ਚ ਚਵਾ ਜੀ ਵੱਡੀ ਇਹਨਾਂ ਦੁੱਧ ਦੇ ਦੂਗੀ ਠੀਕ ਹੈ ਲਿਆ ਫਿਰ ਖੋਲੋ ਤੋਰੀਏ ਇੱਕ ਵਾਰੀ ਇਹਨੂੰ ਫਿਰ ਜਿਹੜਾ ਇਹਦਾ ਮੁੱਲ ਆਪਾਂ ਪੁੱਛਾਂਗੇ ਪਹਿਲਾਂ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾ ਦਈਏ 15-16 ਲੀਟਰ ਦੁੱਧ ਜਿਹੜਾ ਵੀਰ ਜੀ ਹੁਣ ਕਹਿੰਦੇ ਕਿ ਚਵਾ ਦੂਗੀ ਕੱਦ ਜਿਹੜਾ ਬੜਾ ਉੱਚਾ ਇਹਦਾ ਹਾਂਜੀ ਵੀਰ ਜੀ ਉੱਧਰ ਨੂੰ ਉੱਧਰੋਂ ਉੱਤੋਂ ਦੀ ਘੁਮਾ ਲਿਆ ਹੋਵੇ ਇੱਕ ਵਾਰੀ ਆਹ ਦੇਖ ਸਕਦੇ ਪਿੱਛੇ ਇੱਕ ਵਾਰੀ ਇਹਦਾ ਢਾਂਚਾ ਆਪਾਂ ਦੇਖ ਸਕਦੇ ਕਾਫੀ ਵੱਡੀ ਮੱਝ ਆ ਅਤੇ ਬਾਕੀ ਕੋਈ ਵੀਰ ਜਿਹੜਾ ਆਊਗਾ ਇੱਥੇ ਪਸੰਦ ਜ਼ਰੂਰ ਆਊਗੀ ਢਾਂਚਾ ਕਿਉਂਕਿ ਕਾਫੀ ਵੱਡਾ ਹੈ ਬੋਡੀ ਵੇਟ ਵੀ ਚੰਗਾ ਅਤੇ ਹਵਾਨਿਆਂ ਦਾ ਅੰਦਾਜ਼ਾ ਕੋਈ ਵੀਰ ਜਿੱਤਰ ਤੁਹਾਨੂੰ ਦੱਸਿਆ ਕਿ ਜੇ ਦੁਪਹਿਰ ਦੇ ਟਾਈਮ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਮ ਤੱਕ ਹਵਾਨਾ ਜਿਹੜਾ ਚੰਗਾ ਭਰੂਗੀ ਪਿੱਛਿਆਂ ਵੀ ਚੰਗੀ ਹੈ ਪਿੱਠ ਪੁੜੇ ਦੀ ਵੀ ਚੰਗੀ ਹੈ ਅਤੇ ਥਣ ਵੀ ਚੰਗਾ ਸੋ ਅਤੇ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਬੱਚਾ ਮਗਰ ਇਹਦੇ ਕੱਟਾ ਜੀ ਅੱਛਾ ਕੱਟਾ ਕੱਟਾ ਵੀ ਕਾਫੀ ਪਲਿਆ ਦਿੱਤਾ ਹੈ ਨਾ ਪਲਿਆ ਬੱਚਾ ਬਹੁਤ ਪਲਿਆ ਬਹੁਤ ਵੱਡਾ ਕੱਟਾ ਆਹ ਦੇਖ ਸਕਦੇ ਜੀ ਆਹ ਕੱਟਾ ਜੀ ਇਹਦਾ ਅਤੇ ਮੁੱਲ ਫਿਰ ਵੀਰ ਜੀ ਆਪਾਂ ਦੱਸੀਏ ਜੀ ਇਹਦਾ ਵੀ ਮੁੱਲ ਵੀਰ ਜੀ ਇਹਦਾ 90,000 ਰੁਪਇਆ ਮੈਂ ਦਾ 90,000 ਇਹ ਮਾਨ ਤਾਨ ਕਰਕੇ ਕਿੰਨੇ ਦੀ ਦਿਓਗੇ ਇਹਦਾ ਵੀ 5,000 ਹੀ ਮਾਨ ਕਰ ਦਾਂਗੇ 5,000 85 ਦੀ ਦੇ ਦਿਓਗੇ ਉਹ ਚ ਮਾਨ ਤਾਨ ਹੋ ਜਾਊਗਾ ਚਲੋ ਉਹ ਚ ਛੋਟ ਛੜਾਵਾ ਜੋ ਉਹ ਚ ਵੀ ਹੋ ਜਾਊਗਾ ਠੀਕ ਹੈ ਉਹ ਐਂਡ ਤੇ ਤੁਹਾਨੂੰ ਇੱਕ ਹੋਰ ਕਾਫੀ ਸੋਹਣੀ ਇੱਕ ਮੈਂ ਤੁਹਾਨੂੰ ਦਿਖਾਉਣੀ ਹੈ ਹਵਾਨਾ ਇਹਦੇ ਕੋਲ ਕਾਫੀ ਸੋਹਣਾ ਲੱਗਾ ਆ ਦੇਖ ਸਕਦੇ ਬਹੁਤ ਤਕੜੇ ਹਵਾਨੇ ਦੀ ਮਾਲਕ ਆ ਇਹ ਅਜੇ ਗੱਬਨ ਲੱਗਦੀ ਹੈ ਵੀਰ ਜੀ ਹਾਂਜੀ ਇਹ ਲੈ ਜਾਊਗੀ 1-2 ਦਿਨ ਤਿਆਰ ਹੀ ਆ ਮੈਂ ਬਸ ਅੱਛਾ ਜੀ ਕਿੰਨਾ ਕੁ ਦੁੱਧ ਚਵਾ ਦੂਗੇ ਦੁੱਧ ਤਾਂ ਵੀਰ ਜੀ ਪਹਿਲੇ ਸੂਏ ਨੇ ਮਤਲਬ 15 ਕਿਲੋ ਝੋਟੀ ਨੇ ਦਿੱਤਾ ਅੱਛਾ ਪਹਿਲੇ ਸੂਏ 15 ਲੀਟਰ ਦੁੱਧ ਚਵਾਇਆ ਐਰਕਾ ਦੂਜਾ ਸੂਆ ਸੋਣਾ ਦੂਸਰਾ ਸੂਆ ਹਾਂਜੀ ਤੇ ਐਰਕੀ ਕਿੰਨਾ ਕੁ ਚਵਾ ਦੋ ਵੇਖੋ ਐਰਕਾ ਸੇਵਾ ਦੀ ਭਾਵੇਂ 16-17 ਕਿਲੋ 18 ਕਿਲੋ ਵੀ ਦੇ ਸਕਦੀ ਹੈ ਮੈਂ ਕੋਈ ਕਮੀ ਪੇਸ਼ੀ ਨਹੀਂ ਹੈ ਮੈਂ ਅੱਛਾ ਜੀ ਹਾਂ ਪੂਰੀ ਮੈਂ ਸਿਰਾ ਆ ਠੀਕ ਹੈ ਤੋਰ ਕੇ ਵਿਖਾਈਏ ਫਿਰ ਇੱਕ ਵਾਰੀ ਆ ਦੇਖ ਸਕਦੇ ਜੀ 17-18 ਲੀਟਰ ਵੀਰ ਜੀ ਨੇ ਕਹਿੰਦੇ ਕਿ ਦੁੱਧ ਜਿਹੜਾ ਐਰਕੀ ਚਵਾ ਸਕਦੀ ਹੈ ਹਵਾਨਾ ਕਾਫੀ ਤਗੜਾ ਲੱਗਾ ਇਹਨਾਂ ਕੱਦ ਵੀ ਇਹਦਾ ਵੀ ਕਾਫੀ ਉੱਚਾ ਇਹਦਾ ਮੈਂ ਮੱਝਾਂ ਦੇ ਜਿਹੜੀਆਂ ਅੰਡੇ ਤੇ ਤੁਹਾਨੂੰ ਦਿਖਾਈਆਂ ਸੋਹਣੇ ਢਾਂਚੇ ਵਾਲੀਆਂ ਇੱਕ ਵਾਰੀ ਵੀਰ ਜੀ ਇੱਥੇ ਖਿਲਾ ਰਿਹਾ ਫੇਸ ਦਿਖਾਈਏ ਚੰਗੀ ਤਰ੍ਹਾਂ ਇਹਦਾ ਦੇਖ ਸਕਦੇ ਜੀ ਸੋਹਣੀ ਝੋਟੀ ਆ ਪੂਰੇ ਫੁੱਲ ਸੋਹਣੇ ਹਵਾਨੇ ਵਾਲੀ ਆ ਵੱਡੇ ਢਾਂਚੇ ਵਾਲੀ ਆ ਹਾਂ ਦੇਖ ਸਕਦੇ ਜੀ ਬੋਡੀ ਵੇਟ ਜਿਹੜਾ ਇਹਦਾ ਵੀ ਚੰਗਾ ਇੱਕ ਵਾਰੀ ਵੀਰ ਜੀ ਇੱਥੇ ਖਿਲਾ ਰਿਹਾ ਥਣ ਦਿਖਾਈਏ ਹਾਂ ਦੇਖ ਸਕਦੇ ਥਣਾਂ ਦਾ ਸਾਈਜ਼ ਆਪਾਂ ਦੇਖ ਸਕਦੇ ਹਾਂ ਅਤੇ ਹਵਾਨੇ ਅਤੇ ਨਾੜਾਂ ਵੀ ਜਿਹੜੀਆਂ ਆਪਾਂ ਦੇਖ ਸਕਦੇ ਬਾਕੀ ਜਿੱਥੇ ਖਿਲਾਰਦੀ ਹੈ ਉੱਥੇ ਖਲੋ ਜਾਂਦੀ ਹੈ ਇਹੀ ਜਿਹੜਾ ਨਸਲਾਂ ਦਾ ਵਾਧਾ ਹੁੰਦਾ ਹਾਂਜੀ ਵੀਰ ਜੀ ਤੋਰ ਦਿਓ ਜੀ ਇਹਨੂੰ ਬੰਨਦੇ ਹੁਣ ਹਾਂ ਦੇਖ ਸਕਦੇ ਹਵਾਨਾ ਇਹਦਾ ਕਾਫੀ ਖੂਬਸੂਰਤ ਹਵਾਨਾ ਜਿਹੜਾ ਇਹਦੇ ਕੋਲ ਲੱਗਾ ਰੇਟ ਹੁਣ ਇਹਦਾ ਵੀ ਆਪਾਂ ਪੁੱਛੀਏ ਵੀਰ ਜੀ ਨੂੰ ਬਿੰਦੀਆਂ ਵਾਲਾ ਹਵਾਨਾ HF ਗਾਵਾਂ ਵਰਗਾ ਹਵਾਨਾ ਜਿਹੜਾ ਇਹਦੇ ਝੋਟੀ ਦੇ ਲੱਗਾ ਹਾਂਜੀ ਵੀਰ ਜੀ ਫਿਰ ਮੁੱਲ ਆਪਾਂ ਦੱਸੀਏ ਜੀ ਇਹਦਾ ਵੀ ਮੁੱਲ ਵੀਰ ਜੀ ਇਹਦਾ ਮੌਕੇ ਹੀ ਦੱਸਾਂਗੇ ਅੱਛਾ ਇਹਦਾ ਮੌਕੇ ਦੇ ਮੌਕੇ ਮੌਕੇ ਦੇ ਕਿਉਂ ਦੱਸੀਏ ਇਹ ਗੱਲ ਚੱਲਣ ਰਹੀ ਹੈ ਕਈਆਂ ਬੰਦਿਆਂ ਨਾਲ ਅੱਛਾ ਹਾਂਜੀ ਸੌਦਾ ਚੱਲਣ ਰਿਹਾ ਸੌਦਾ ਹੋਣ ਦਿਆ ਵਾ ਇਹਦਾ ਹਨਾ ਮੈਂ ਇਹਦਾ ਮੌਕੇ ਤੇ ਦੱਸਾਂਗੇ ਜਦੋਂ ਮੇਰੇ ਵੀਰ ਭਰਾ ਦਾ ਕੋਈ ਫੋਨ ਆਊਗਾ ਉਸ ਟਾਈਮ ਤੇ ਅੱਛਾ ਜੀ ਮੌਕੇ ਤੇ ਦੱਸ ਦੋਗੇ ਆ ਦੇ ਸਕਦੇ ਜੀ ਬਾਕੀ ਹਵਾਨਾ ਆਪਾਂ ਦੇਖ ਸਕਦੇ ਹਾਂ ਬਿਲਕੁਲ ਹਵਾਨਾ ਪਿੱਛੇ ਤੋਂ ਸ਼ੁਰੂ ਹੋ ਗਿਆ ਤੇ ਗਾਂ ਤੱਕ ਹਵਾਨਾ ਜਿਹੜਾ ਜਾਂਦਾ ਸੋਹਣੇ ਹਵਾਨੇ ਦੀ ਮਾਲਕ ਹੈ ਜਿਹੜੀ ਸੋਹਣੀ ਝੋਟੀ ਹੈ ਸਾਰੀ ਉਹ ਹੁਣ ਜਿਹੜੀ ਵੈਡ ਇੱਕ ਤੁਹਾਨੂੰ ਦਿਖਾਉਣੀ ਉਹਦੇ ਬਾਰੇ ਵੀ ਦੱਸੀਏ ਐਂਡ ਤੇ ਜਿਹੜੀ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਥਾਣੇ ਦਾ ਵੀ ਤੁਹਾਨੂੰ ਲੱਗ ਕੇ ਦਿਖਾ ਦਈਏ ਬਾਕੀ ਹਵਾਨੇ ਦੇ ਨਾੜਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਬਰੀਕ ਬਰੀਕ ਸਿੰਘ ਜਿਹੜਾ ਨਿਗਾ ਨਿਗਾ ਰੱਖਦੀ ਹੈ ਹਾਂਜੀ ਦੱਸੀਏ ਵੀਰ ਜੀ ਇਹਦੇ ਬਾਰੇ ਵੀ ਹਾਂਜੀ ਵੀਰ ਜੀ ਦੂਜਾ ਸੂਆ ਵੈੜ ਸੂਈ ਆ ਅੱਛਾ ਜੀ ਬਹੁਤ ਚੰਗੀ ਵੱਡੀ ਵੈੜ ਆ ਠੀਕ ਹੈ ਕੱਦ ਕਾਫੀ ਉੱਚਾ ਇਹਦਾ ਵੀ ਹਨ ਸਿਰਫ ਕਿਸੇ ਨੇ ਸਿੰਘ ਨਹੀਂ ਇਹਦੇ ਦਗਾਏ ਜਾਂ ਹੋ ਸਕਦਾ ਦਗਾਏ ਹੋਣ ਤੇ ਫੋਟਾਂ ਫੁੱਟ ਪਈਆਂ ਹਾਂਜੀ 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 ਬਾਕੀ ਵੱਛੀ ਬਹੁਤ ਚੰਗੀ ਆ ਹਾਂਜੀ ਸੂਈ ਨੂੰ ਅਜੇ ਹੁਣ ਤਕਰੀਬਨ 4 ਜਾਂ 5 ਦਿਨ ਹੋਏ ਹੋਣਗੇ ਅੱਛਾ ਜੀ ਮਗਰ ਵੱਛੀ ਇਹਦੇ ਅਜੇ ਵੈੜ ਥੱਲੇ ਹੋਊਗਾ 15-16 ਕਿਲੋ ਬੋਲਾ ਹੋਊਗਾ ਹੈਗਾ ਇਹਨਾਂ 15-16 ਲੀਟਰ ਬੋਲਾ ਹੈਗਾ ਹੈਗਾ ਤੇ ਕਿੰਨਾ ਕੁ ਦੁੱਧ ਵੱਛੀ 20 ਕਿਲੋ 20-22 ਕਿਲੋ ਦੁੱਧ ਦੇ ਦੂਗੀ ਅੱਛਾ 20-22 ਲੀਟਰ ਕਰ ਜੂਗੀ ਨਹੀਂ ਚੋਣ ਚਵਾ ਬਹੁਤ ਚੰਗਾ ਠੰਡੀ ਸੀਲ ਭਵੇਂ ਕੋ ਵੰਗਾ ਪਾਵੇ ਭਵੇਂ ਨਾ ਪਾਵੇ ਠੀਕ ਹੈ ਹਾਂ ਭਵੇਂ ਤਾਂ ਚੋਲੇ ਵੱਛੀ ਬਹੁਤ ਚੰਗੀ ਮਗਰ ਬਹੁਤ ਵਧੀਆ ਟੀਕੇ ਦੀ ਵੱਛੀ ਠੀਕ ਹੈ ਲਿਆ ਫਿਰ ਤੋਰੀਏ ਕਰੀ ਨਾ ਕੱਟ ਬਹੁਤ ਵੈੜ ਦਾ ਚੰਗਾ ਬਾਕੀ ਫੇਸ ਆਪਾਂ ਦੇਖ ਸਕਦੇ ਫੇਸ ਸੋਹਣਾ ਸਿੰਘ ਜਿਹੜੇ ਆ ਦੇਖ ਸਕਦੇ ਆਪਾਂ ਜਿਹੜੇ ਨਿੱਕੇ ਨਿੱਕੇ ਰੱਖਦੀ ਆ
ਕੱਦ ਕਾਠ ਤੇ ਰੰਗ ਰੂਪ ਜਿਹੜਾ ਸੋਹਣਾ ਆ ਦੇਖ ਸਕਦੇ ਜੀ ਸੋਹਣੀ ਮੈਡ ਆ ਜਿਹੜੀ ਇਹਦੀ ਵੱਛੀ ਜੀ ਕਲਰ ਬੜਾ ਪਿਆਰਾ ਵੈਡ ਦਾ ਲੈ ਜਾ ਵੀਰ ਆ ਦੇਖ ਸਕਦੇ ਜੀ ਕੱਦ ਵੀ ਕਾਫੀ ਉੱਚਾ ਇੱਕ ਵਾਰੀ ਵੀਰ ਜੀ ਰੋਕਿਓ ਇੱਥੇ ਆ ਦੇਖ ਸਕਦੇ ਜੀ ਹਵਾਨੇ ਦੇ ਨਾੜਾਂ ਆਪਾਂ ਇੱਧਰ ਵੀ ਦੇਖ ਸਕਦੇ ਸੋਹਣੀਆਂ ਵਾ ਬਰੀਕ ਬਰੀਕ ਬਾਕੀ ਠੰਡੀ ਧੇਰੀ ਹੈ ਜਿੱਥੇ ਖਿਲਾਰਦੀ ਖਲੋ ਜਾਂਦੀ ਰਮਾਨ ਠੀਕ ਹੈ ਵੀਰ ਜੀ ਲੈ ਜਾ ਪਾਉਂਦੇ ਹੋ ਜੀ ਹਵਾਨਾ ਤੁਹਾਨੂੰ ਦਿਖਾ ਦੀ ਇੱਕ ਵਾਰੀ ਆ ਦੇਖ ਸਕਦੇ ਇਸ ਟਾਈਮ 15-16 ਲੀਟਰ ਤਿਆਰ ਦੱਸਦੇ ਅਤੇ 20-22 ਲੀਟਰ ਦੇ ਕਰੀਬ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਚਵਾ ਜੂਗੀ ਦੁੱਧ ਮੁੱਲ ਇਹਦਾ ਵੀ ਪੁੱਛ ਲਈਏ ਹਾਂਜੀ ਵੀਰ ਜੀ ਫਿਰ ਮੁੱਲ ਆਪਾਂ ਇਹਦਾ ਵੀ ਦੱਸ ਦਈਏ ਜੀ ਮੁੱਲ ਦੇ ਵਿੱਚ ਜੀ ਵੈਟ ਬਹੁਤ ਵੱਡੀ ਆ ਮੁੱਲ ਤਾਂ ਵੈਟ 60-70 ਹਜ਼ਾਰ ਵਾਲੀ ਆ ਅੱਛਾ ਜੀ ਥੋੜੇ ਸਿੰਘ ਆ ਉਹਦੇ ਕਰਕੇ ਸਾਨੂੰ ਵੀ ਚਲੋ ਜਾਇਜ਼ ਲੜੀ ਆ ਮੁੱਲ ਇਹਦਾ 45-40 ਹਜ਼ਾਰ ਚੋਂ ਮਾਨਤਨ ਕਰ ਦਾਂਗੇ 40 'ਚ ਮਾਨਤਨ ਕਰ ਦੋਗੇ ਉਹ 'ਚ ਮਾਨਤਨ ਕਰ ਦੋਗੇ ਹਾਂਜੀ ਕਰ ਦਾਂਗੇ ਠੀਕ ਹੈ ਹਾਂਜੀ ਵੀਰ ਜੀ ਹੋਰ ਕੁਛ ਕਹਿਣਾ ਜੀ ਫਿਰ ਬਸ ਵਧੀਆ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਆ ਜਿਹੜੇ 7 ਵੀਰ ਜੀ ਉਹਨਾਂ ਨੇ ਮਕਾਊ ਕੀਤੇ ਆ ਅਤੇ ਕਿਸੇ ਵੀ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਇੱਥੇ ਆਵੇ ਤਸੱਲੀ ਕਰੇ 2-3 ਟਾਈਮ ਚਵਾਈ ਕਰੇ ਅਤੇ ਫਿਰ ਆਪਣਾ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।